ਸਾਹਿਬ ਜੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨ ਸਾਕੂੰ, ਤੂੰ ਠਾਕੁਰ ਊਚ ਭਗਵਾਨਾ, ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਜੇਤਾ ਜਿਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜੇ ਹਾ ਤੂੰ ਕਰਾਏ ਤੇ ਹਾ ਹਉ ਕਰੀ ਵਖਿਆਨ, ਹੋਵੈ ਸਿਫਤ ਖਸਮ ਨੂਰੇ ਅਰਸੋਂ ਕੁਰਸੋਂ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀ ਹੈ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਖਾਰੀ ਮਹਲਾ ਚੌਥਾ, ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟ ਨਾਥ, ਤਿਨ ਤੂੰ ਧਿਆਇਆ ਮੇਰਾ ਰਾਮ, ਜਿਨਕੈ ਤੁਰ ਲੇਖ ਮਾਥ, ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟ ਨਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਦਾ ਆਨੰਦ ਪ੍ਰਾਪਤ ਕਰ ਰਹੀ ਗੁਰੂ ਕੀ ਸੰਗਤ, ਸਤਿਗੁਰਾਂ ਨੇ ਸਤਸੰਗਤ ਅੰਮ੍ਰਿਤ ਵੇਲੇ ਸਾਨੂੰ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਦਾ ਬਚਨ ਇਹ ਹੈ, ਵਡਭਾਗੀ ਹਰ ਸੰਗਤ ਪਾਵੈ। ਵੱਡੇ ਭਾਗ ਹੋਣ ਅਤੇ ਸੰਗਤ ਵਿੱਚ ਤਾਂ ਆ ਕੇ ਬੈਠਿਆ ਜਾਂਦਾ ਹੈ, ਨਹੀਂ ਤਾਂ ਬਹੁਤੇ ਲੋਕਾਂ ਦਾ ਵਿਚਾਰ ਇਹ ਹੈ ਵੀ ਸੰਗਤ ਵਿੱਚ ਜਾ ਕੇ ਬੈਠਣਾ ਤਾਂ ਵਿਹਲੇ ਬੰਦੇ ਦਾ ਕੰਮ ਹੈ।
ਮਹਾਰਾਜ ਕਹਿਣ ਲੱਗੇ ਨਹੀਂ, ਇਹ ਕਰਮਾਂ ਬਿਨਾਂ ਸੰਗਤ ਮਿਲਦੀ ਨਹੀਂ ਹੈ, ਜਿਹਦੇ ਕਰਮਾਂ 'ਚ ਨਹੀਂ ਉਹਦੇ ਕੋਲੋਂ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ। ਸਤਸੰਗਤ ਵਿੱਚ ਬੈਠਣਾ ਵੱਡੇ ਭਾਗ ਵੱਡੀ ਦਾਤ ਹੈ। ਸਤਿਗੁਰੂ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਆਓ ਭਾਵਨਾ ਨਾਲ ਸਰਵਨ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਖਾਰੀ ਮਹਲਾ ਚੌਥਾ। ਤੁਖਾਰੀ ਰਾਗ ਦਾ ਇਹ ਸ਼ਬਦ ਹੈ, ਗੁਰੂ ਰਾਮਦਾਸ ਮਹਾਰਾਜ ਨੇ ਇਹ ਸ਼ਬਦ ਉਚਾਰਿਆ ਹੈ। ਤੁਖਾਰੀ ਰਾਗ ਦੇ ਵਿੱਚ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਚਾਰ ਸ਼ਬਦ ਨੇ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇੱਕ ਸ਼ਬਦ ਹੈ ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਛੇ ਸ਼ਬਦ ਨੇ। ਬਸ ਇੰਨੇ ਕੁ ਸ਼ਬਦਾਂ ਦਾ ਇਹ ਰਾਗ ਹੈ। ਗੁਰੂ ਨਾਨਕ ਸਾਹਿਬ ਦੇ ਸ਼ਬਦ ਆਪਾਂ ਸਰਵਨ ਕਰ ਲਏ ਨੇ, ਗੁਰੂ ਰਾਮਦਾਸ ਮਹਾਰਾਜ ਦੀ ਗੁਰਬਾਣੀ ਦੇ ਦੋ ਸ਼ਬਦ ਆਪਾਂ ਸਰਵਨ ਕੀਤੇ, ਅੱਜ ਤੀਜਾ ਸ਼ਬਦ 1115 ਅੰਗ ਦੇ ਉੱਪਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਜਗ ਜੀਵਨ ਜਗਦੀਸ਼, ਸਤਿਗੁਰੂ ਕਹਿਣ ਲੱਗੇ ਹੈ ਅਕਾਲ ਪੁਰਖ ਪਰਮੇਸ਼ਰ ਆਪ ਜਗ ਜੀਵਨ ਹੋ, ਜਗਤ ਨੂੰ ਜੀਵਨ ਦੇਣ ਵਾਲੇ ਹੋ। ਜੀਵਨ ਕਿਵੇਂ ਦਿੰਦੇ ਹੋ? ਭੋਜਨ ਦੀ ਦਾਤ ਦੇ ਕੇ। ਮਿੱਟੀ ਵਿੱਚ ਰਹਿਣ ਵਾਲਿਆਂ ਨੂੰ ਮਿੱਟੀ ਦਾ ਭੋਜਨ ਹੈ, ਘਾਹ ਵਿੱਚ ਰਹਿਣ ਵਾਲਿਆਂ ਨੂੰ ਘਾਹ ਦਾ ਭੋਜਨ ਦਿੰਦੇ ਹੋ, ਮਾਸ ਖਾਣ ਵਾਲਿਆਂ ਨੂੰ ਮਾਸ ਭੋਜਨ, ਪਾਣੀ ਵਾਲਿਆਂ ਨੂੰ ਪਾਣੀ ਦਾ ਭੋਜਨ ਅਤੇ ਹਵਾ ਵਿੱਚ ਰਹਿਣ ਵਾਲਿਆਂ ਨੂੰ ਹਵਾ ਦਾ ਭੋਜਨ, ਜਿਸ ਤਰ੍ਹਾਂ ਦਾ ਕਿਸੇ ਦਾ ਭੋਜਨ ਹੈ ਉਹਨਾਂ ਨੂੰ ਆਪ ਭੋਜਨ ਦੇ ਕੇ ਮਹਾਰਾਜ ਉਹਨਾਂ ਨੂੰ ਜੀਵਨ ਦਿੰਦੇ ਪਏ। ਉਹ ਮਿੱਟੀਆ ਮੈਂ ਮਿੱਟੀਆ ਖਾ, ਇੱਕ ਪਵਨ ਸਮਾਰੀ ਪਵਨ ਸਮਾਰ, ਗੁਰਬਾਣੀ ਦਾ ਵਚਨ ਆ, ਕੋਈ ਮਿੱਟੀ ਵਿੱਚ ਰਹਿ ਕੇ ਗੰਡੋਏ ਵਗੈਰਾ ਮਿੱਟੀ ਖਾਧੀ ਜਾਂਦੇ ਉਹਨਾਂ ਦਾ ਭੋਜਨ ਹੈ। ਇੱਕ ਪਵਨ ਆਕਾਸ਼ ਵਿੱਚ ਉੱਡਣ ਵਾਲੇ ਆਕਾਸ਼ ਦਾ ਭੋਜਨ ਹਵਾ ਉਸਨੂੰ ਖਾਂਦੇ ਪਏ। ਇਸ ਕਰਕੇ ਪਰਮੇਸ਼ਰ ਨੂੰ ਆਖਿਆ ਹੈ ਜਗਤ ਜੀਵਨ, ਸੰਸਾਰ ਨੂੰ ਜੀਵਨ ਦਿੰਦਾ ਰਿਜਕ ਦੇ ਕੇ, ਅਤੇ ਫਿਰ ਸਾਰਿਆਂ ਨੂੰ ਸਾਹ ਦਿੰਦਾ ਪਿਆ ਹੈ। ਪਾਣੀ ਵਿੱਚ ਰਹਿ ਕੇ ਕੋਈ ਜੀਵ ਐਸੇ ਨੇ ਜਿਨ੍ਹਾਂ ਨੂੰ ਪਾਣੀ ਵਿੱਚ ਸਾਹ ਆਉਂਦਾ, ਜਿਵੇਂ ਮੱਛੀ ਹੈ, ਕੁਝ ਉਹ ਨੇ ਜਿਹੜੇ ਧਰਤੀ 'ਤੇ ਸਾਹ ਲੈਂਦੇ ਪਏ। ਮਹਾਰਾਜ ਆਪ ਬੜੇ ਬੇਅੰਤ ਹੋ, ਮਿੱਟੀ ਵਿੱਚ ਰਹਿਣ ਵਾਲੇ, ਕੁਝ ਮੱਛੀਆਂ ਐਸੀਆਂ ਪਰਮਾਤਮਾ ਨੇ ਪੈਦਾ ਕੀਤੀਆਂ ਜਿਹੜੀਆਂ ਛੱਪੜਾਂ ਦੇ ਵਿੱਚ ਨਿਵਾਸ ਕਰਦੀਆਂ, ਛੱਪੜ ਸੁੱਕ ਜਾਂਦੇ ਅਤੇ ਵਿੱਚ ਹੀ ਉਹ ਮੱਛੀਆਂ ਜਿਹੜੀਆਂ ਗੁਪਤ ਹੋ ਜਾਂਦੀਆਂ। ਜਦੋਂ ਕਿਤੇ ਸਾਲਾਂ ਪਿੱਛੋਂ ਜਾ ਕੇ ਮੀਂਹ ਪੈਂਦਾ ਹੈ, ਫਿਰ ਉਹ ਛੱਪੜ ਤਲਾਬ ਨਦੀਆਂ ਪਾਣੀ ਦੀਆਂ ਭਰਦੀਆਂ ਅਤੇ ਫਿਰ ਮੱਛੀਆਂ ਉਸ ਤਲਾਬ ਦੇ ਵਿੱਚੋਂ ਨਿਕਲ ਕੇ ਸੁੱਕੇ ਦੇ ਅਤੇ ਬਾਹਰ ਆ ਕੇ ਫਿਰ ਵਿਚਰਦੀਆਂ ਪਾਣੀ ਦੇ ਵਿੱਚ। ਐਸੇ ਉਹ ਮਹਾਰਾਜ ਆਪ, ਤੁਹਾਡੀ ਉਪਮਾ ਕਹੀ ਨਹੀਂ ਜਾ ਸਕਦੀ ਹੈ। ਸਤਿਗੁਰੂ ਐਸੇ ਸਮਰੱਥ ਹੋ, ਜਗਤ ਨੂੰ ਜੀਵਨ ਦਿੰਦੇ ਹੋ। ਜਗਦੀਸ਼, ਜਗਤ ਦੇ ਮਾਲਕ ਹੋ, ਸਾਰੀ ਦੁਨੀਆ ਤੁਸੀਂ ਬਣਾਈ ਹੈ ਅਤੇ ਸਾਰੀ ਦੁਨੀਆ ਦੇ ਮਾਲਕ ਤੁਸੀਂ ਹੋ, ਸਾਰੀ ਸ੍ਰਿਸ਼ਟੀ ਦੇ ਮਾਲਕ ਆਪ ਹੋ। ਸਭ ਕਰਤਾ ਸ੍ਰਿਸ਼ਟ ਨਾਥ, ਆਪ ਸਾਰੀ ਸ੍ਰਿਸ਼ਟੀ ਦੇ ਨਾਥ ਮਾਲਕ ਹੋ ਅਤੇ ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲੇ ਹੋ। ਮਹਾਰਾਜ ਨੇ ਬਚਨ ਆਖਿਆ ਨਾ ਕਰਤਾ ਪੁਰਖ, ਸਾਰੀ ਸ੍ਰਿਸ਼ਟੀ ਨੂੰ ਮਹਾਰਾਜ ਆਪ ਕਰਨ ਵਾਲੇ ਹੋ, ਤੁਸੀਂ ਬਣਾਇਆ ਸਾਰਿਆਂ ਨੂੰ।
ਕਿਤੇ ਬ੍ਰਹਮੇ ਘਾੜਤ ਘੜੀਐ ਰੂਪ ਰੰਗ ਕੇ, ਪਤਾ ਨਹੀਂ ਕਿੰਨੇ ਕੁ ਬ੍ਰਹਮੇ ਆਪਨੇ ਘਾੜਤ ਘੜਨ ਵਿੱਚ ਲਾਏ ਹੋਏ, ਬਣਾਈ ਚੱਲੋ ਆਪਣੀ ਸਮਰੱਥਾ ਦੇ ਕੇ, ਤਾਕਤ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਿੱਚ ਲਾਇਆ ਹੈ। ਤਿੰਨ ਤੋਂ ਧਿਆਇਆ ਮੇਰਾ ਰਾਮ, ਸਤਿਗੁਰੂ ਪਾਤਸ਼ਾਹ ਕਹਿਣ ਲੱਗਿਆ ਮੇਰੇ ਰਾਮ ਉਹਨਾਂ ਗੁਰਮੁਖਾਂ ਨੇ ਜਿਨ੍ਹਾਂ ਨੇ ਆਪ ਜੀ ਦੇ ਨਾਮ ਨੂੰ ਧਿਆਇਆ ਹੈ। ਜਿਨਕੇ ਧੁਰ ਲੇਖ ਮਾਥ, ਜਿਨ੍ਹਾਂ ਦੇ ਮੱਥੇ ਦੇ ਉੱਪਰ ਧੁਰ ਤੋਂ ਲੇਖ ਲਿਖਿਆ ਹੈ। ਲੇਖਾਂ ਬਿਨਾਂ ਥੋੜ੍ਹੀ ਨਾਮ ਜਪਿਆ ਜਾਂਦਾ, ਕਰਮਾਂ ਬਿਨਾਂ ਨਾਮ ਨਹੀਂ ਜਪਿਆ ਜਾਂਦਾ। ਮਹਾਰਾਜ ਕਹਿੰਦੇ ਤੈਨੂੰ ਉਹਨੇ ਧਿਆਇਆ ਹੈ ਜਿਹਨੇ ਮੱਥੇ ਦੇ ਭਾਗ ਤੁਸੀਂ ਖੁਦ ਲਿਖ ਦਿੱਤੇ ਵੀ ਇਹ ਮੇਰਾ ਨਾਮ ਜਪੇਗਾ, ਉਹ ਤੁਹਾਡੇ ਨਾਮ ਨੂੰ ਜਪਦਾ ਹੈ। ਉਸੇ ਨੂੰ ਹੀ ਅੰਮ੍ਰਿਤ ਵੇਲਾ ਮਿਲਦਾ ਹੈ, ਉਸੇ ਨੂੰ ਹੀ ਬਾਣੀ ਪੜ੍ਹਨ ਦਾ ਸਮਾਂ ਮਿਲਦਾ ਹੈ, ਉਸੇ ਨੂੰ ਨਾਮ ਜਪਣ ਦਾ ਸਮਾਂ ਮਿਲਦਾ ਹੈ ਜਿਨ੍ਹਾਂ ਦੇ ਮੱਥੇ 'ਤੇ ਆਪਨੇ ਭਾਗ ਲਿਖੇ ਹਨ। ਜਿਨਕੋ ਧੁਰ ਹਰ ਲਿਖਿਆ ਸਵਾਮੀ, ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਧੁਰ ਤੋਂ ਹੀ ਸਵਾਮੀ ਅਕਾਲ ਪੁਰਖ ਨੇ ਲੇਖ ਲਿਖਿਆ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀ ਅੜੇ ਪਾਸ, ਸਾਡੇ ਮੱਥੇ 'ਤੇ ਇੱਕ ਉਹਨੇ ਕਲਮ ਫੇਰੀ ਹੈ ਅਤੇ ਜਿਵੇਂ ਦੀ ਕਲਮ ਫੇਰੀ ਹੈ ਉਵੇਂ ਦੀਆਂ ਵਸਤੂਆਂ ਸਾਡੇ ਕੋਲ, ਉਵੇਂ ਦੇ ਪਦਾਰਥ ਸਾਡੇ ਕੋਲ, ਦੁੱਖ ਸੁੱਖ ਸਾਡੇ ਕੋਲ, ਜਿਨ੍ਹਾਂ ਨੂੰ ਧੁਰ ਤੋਂ ਹੀ ਆਪ ਨੇ ਮੱਥੇ 'ਤੇ ਲੇਖ ਲਿਖਿਆ ਹੈ। ਤਿੰਨ ਹਰ ਹਰ ਨਾਮ ਅਰਾਧਿਆ, ਉਹਨਾਂ ਗੁਰਮੁਖਾਂ ਨੇ ਆਪ ਜੀ ਦੇ ਨਾਮ ਨੂੰ ਵਾਹਿਗੁਰੂ ਵਾਹਿਗੁਰੂ ਕਹਿ ਕੇ ਅਰਾਧਿਆ ਹੈ। ਉਹ ਨੇ ਗੁਰਮੁਖ ਜਿਨ੍ਹਾਂ ਨੇ ਆਪ ਜੀ ਦੇ ਨਾਮ ਨੂੰ ਜਪਿਆ, ਕਿਵੇਂ ਜਪਿਆ? ਹਰ ਹਰ ਵਾਹਿਗੁਰੂ ਵਾਹਿਗੁਰੂ ਕਹਿ ਕੇ, ਪਰ ਧਿਆਇਆ ਉਹਨਾਂ ਨੇ ਹੈ, ਅਰਾਧਿਆ ਉਹਨਾਂ ਨੇ ਜਿਨ੍ਹਾਂ ਦੇ ਮੱਥੇ 'ਤੇ ਭਾਗ ਲਿਖੇ ਹਨ। ਤਿਨਕੇ ਪਾਪ ਇੱਕ ਨਿੰਬਕ ਸਭ ਲਾਥੇ, ਮਹਾਰਾਜ ਨੂੰ ਪੁੱਛਿਆ ਸਤਿਗੁਰੂ ਨਾਮ ਜਪਾਂਗੇ ਤਾਂ ਮਿਲਦਾ ਕੀ ਹੈ? ਮਹਾਰਾਜ ਕਹਿੰਦੇ ਨਾਮ ਨੂੰ ਜਪੇਗਾ ਤੇਰੇ ਸਾਰੇ ਪਾਪ ਇੱਕ ਨਿਮਖ ਦੇ ਵਿੱਚ ਹੀ ਲੈ ਜਾਣਗੇ। ਅੱਖ ਨੂੰ ਖੋਲ੍ਹ ਲੈਣਾ ਅਤੇ ਬੰਦ ਕਰ ਲੈਣਾ, ਪਲਕਾਂ ਦਾ ਝਪਕ ਲੈਣਾ, ਕਹਿੰਦੇ ਇੰਨੇ ਸਮੇਂ ਵਿੱਚ ਹੀ ਜਿੰਨੇ ਪਾਪ ਕੀਤੇ ਨੇ ਨਾ, ਜਿੰਨੇ ਗੁਨਾਹ ਕੀਤੇ, ਨਾਮ ਜਪਣ ਵਾਲਿਆਂ ਦੇ ਸਾਰੇ ਹੀ ਨਾਸ ਹੋ ਜਾਂਦੇ। ਬਚਨ 'ਤੇ ਆਪਾਂ ਪੜ੍ਹਦੇ, ਹਮ ਅਵਗੁਣ ਭਰੇ ਇਹ ਗੁਨਾ ਹੀ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ, ਇਹ ਬਾਣੀ ਦਾ ਬਚਨ, ਇੰਨੇ ਗੁਨਾਹ ਨੇ ਸਾਡੇ। ਪਰ ਮਹਾਰਾਜ ਕਹਿਣ ਲੱਗੇ ਉਹ ਸਾਰੇ ਗੁਨਾਹ ਸਾਰੇ ਪਾਪ ਇੱਕ ਨਿਮਖ ਦੇ ਵਿੱਚ ਹੀ ਪਰਮਾਤਮਾ ਦੂਰ ਕਰ ਦਿੰਦਾ ਹੈ। ਜਿਨ ਗੁਰ ਬਚਨੀ ਹਰ ਜਾਪਿਆ, ਸਤਿਗੁਰੂ ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਕਿੰਨਾ ਦੇ ਦੂਰ ਹੋ ਗਏ? ਕਹਿੰਦੇ ਭਾਈ ਸਭ ਤੋਂ ਪਹਿਲਾ ਬਚਨ ਇਹ ਹੈ ਵੀ ਜਿਹਨੇ ਗੁਰੂ ਦਾ ਬਚਨ ਮੰਨਿਆ ਹੈ। ਹੁਣ ਬਚਨ ਤਾਂ ਗੁਰਮੁਖੋ ਆਪਾਂ ਵੀ ਸੁਣਦੇ ਹਾਂ ਨਾ, ਕਸਾ ਵਿੱਚ ਬੈਠੇ ਹਾਂ, ਅਤੇ ਇਹ ਬਚਨ ਜਿਹੜੇ ਨੇ ਗੁਰੂ ਪਾਤਸ਼ਾਹ ਦੇ ਨੇ, ਗੁਰੂ ਮਹਾਰਾਜ ਕਹਿ ਰਹੇ ਨੇ ਅਤੇ ਆਪਾਂ ਸੁਣਦੇ ਪਏ। ਪਰ ਬਹੁਤ ਆਤ ਸੁਣਨ ਤੱਕ ਸੀਮਤ, ਕਮਾਈ ਥੋੜ੍ਹਾ ਕੀਤੀ ਹੈ, ਪਰ ਜਿਨ੍ਹਾਂ ਨੇ ਗੁਰੂ ਦੇ ਬਚਨਾਂ 'ਤੇ ਚੱਲ ਕੇ ਜਪਿਆ ਹੈ, ਜਿਨ ਹਰ ਜਪਿਆ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੇ ਉੱਪਰ ਚੱਲ ਕੇ ਤੇਰੇ ਨਾਮ ਨੂੰ ਜਪਿਆ, ਉਹਨਾਂ ਦੇ ਕਰੋੜਾਂ ਪਾਪ ਆਪ ਇੱਕ ਨਿਮਖ ਵਿੱਚ ਦੂਰ ਕਰ ਦਿੰਦੇ ਹੋ। ਧੰਨ ਧੰਨ ਤੇਜਨ ਜਿਨ ਹਰ ਨਾਮ ਜਪਿਆ, ਮਹਾਰਾਜ ਕਹਿਣ ਲੱਗੇ ਉਹ ਗੁਰਮੁਖ ਪੁਰਸ਼ ਧੰਨ ਹਨ ਭਾਈ, ਉਹ ਧੰਨਤਾ ਯੋਗ ਹਨ ਉਹ ਪੁਰਸ਼ ਕੌਣ? ਜਿਨ੍ਹਾਂ ਨੇ ਤੁਹਾਡੇ ਨਾਮ ਨੂੰ ਜਪਿਆ ਹੈ। ਫਿਰ ਫਰਮਾਉਂਦੇ ਹਨ ਧੰਨ
ਧਨ ਤੇ ਜਨ ਜਿਨ ਹਰ ਨਾਮ ਜਪਿਆ। ਉਹ ਗੁਰਮੁਖ ਜਿਨ੍ਹਾਂ ਨੇ ਨਾਮ ਜਪਿਆ ਪਿਛਲੇ ਸਮੇਂ ਦੇ ਵਿੱਚ, ਜਦੋਂ ਅਸੀਂ ਦੁਨੀਆਂ 'ਤੇ ਨਹੀਂ, ਸਤਯੁਗ ਵਿੱਚ, ਤ੍ਰੇਤਾ ਯੁੱਗ ਵਿੱਚ, ਭਗਤ ਪ੍ਰਹਿਲਾਦ ਵਰਗੇ, ਧਰੂ ਵਰਗੇ ਉਹ ਗੁਰਮੁਖ ਸਾਰੇ ਧਨ ਹੋਏ। ਅਤੇ ਜਿਨ੍ਹਾਂ ਨੇ ਹੁਣ ਜਪਿਆ ਹੈ, ਜਿਹੜੇ ਸਾਡੇ ਨਾਲ ਆਏ ਦੁਨੀਆਂ 'ਤੇ, ਐਸੇ ਵੀ ਗੁਰਮੁਖ ਹਨ ਜਿਹੜੇ ਹੁਣ ਵੀ ਜਪਦੇ ਪਏ, ਉਹ ਗੁਰਮੁਖ ਵੀ ਧਨ ਨੇ। ਕੁਝ ਗੁਰਮੁਖ ਉਹ ਹੋਣਗੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਆਉਣਗੇ ਸੰਸਾਰ 'ਤੇ, ਅਤੇ ਆ ਕੇ ਨਾਮ ਜਪਣਗੇ। ਪਾਤਸ਼ਾਹ ਕਹਿੰਦੇ ਉਹ ਵੀ ਧਨ ਹਨ। ਦੇਖੇ ਹਉ ਪਿਆ ਸਨਾਥ, ਐਸੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਅਤੇ ਮਹਾਰਾਜ ਮੈਂ ਸਨਾਥ ਹੋ ਗਿਆ। ਸਨਾਥ ਤੋਂ ਭਾਵ ਇਹ ਹੈ ਕਿ ਮੇਰੀ ਕਲਿਆਣ ਹੋ ਗਈ, ਮੈਂ ਸਫਲਾ ਹੋ ਗਿਆ ਮਹਾਰਾਜ। ਗੁਰਮੁਖੋ ਵੇਖੋ ਨਾਮ ਦੀ ਕਿੱਡੀ ਵੱਡੀ ਵਡਿਆਈ ਹੈ। ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੇ ਦਰਸ਼ਨ ਕਰਕੇ ਮੈਂ ਸਫਲਾ ਹੋ ਗਿਆ। ਤਾਂ ਹੀ ਆਪਾਂ ਬਚਨ ਪੜ੍ਹਦੇ ਹਾਂ ਨਾ ਗੁਰਬਾਣੀ ਦੇ ਅੰਦਰ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦਾ ਮੁੱਖ ਤਾਂ ਉਜਲਾ ਹੈ ਹੀ, ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਪਤਾ ਨਹੀਂ ਕਿੰਨੀ ਕੁ ਸ੍ਰਿਸ਼ਟੀ ਛੁੱਟ ਜਾਂਦੀ ਹੈ ਕਰਮਾਂ ਤੋਂ, ਬੰਧਨਾਂ ਤੋਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਧਨ ਨੇ ਪਿਛਲੇ ਸਮੇਂ ਅੰਦਰ, ਹੁਣ ਵਾਲੇ ਸਮੇਂ ਅੰਦਰ, ਆਉਣ ਵਾਲੇ ਸਮੇਂ ਅੰਦਰ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦਾ ਦਰਸ਼ਨ ਕਰਕੇ ਮਹਾਰਾਜ ਮੈਂ ਸਨਾਥ ਹੋ ਗਿਆ, ਮੈਂ ਸਫਲਾ ਹੋ ਗਿਆ। ਸਨਾਥ ਕਹੀਏ ਮੇਰੀ ਕਲਿਆਣ ਹੋ ਗਈ, ਮੈਂ ਮੁਕਤ ਹੋ ਗਿਆ। ਹਾਂ, ਇਹ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲੇ ਪਰਮਾਤਮਾ ਆਪ ਜਗਦੀਸ਼ ਕਹੀਓ, ਸੰਸਾਰ ਦੇ ਮਾਲਕ ਹੋ, ਆਪ ਹੀ ਮਾਲਕ ਹੋ, ਆਪ ਸਾਰੀ ਸ੍ਰਿਸ਼ਟੀ ਬਣਾਉਣ ਵਾਲੇ ਹੋ। ਸਭ ਕਰਤਾ ਸ੍ਰਿਸ਼ਟਨਾਥ, ਆਪ ਸਾਰੀ ਸ੍ਰਿਸ਼ਟੀ ਦੇ ਕਰਤਾ ਹੋ, ਬਣਾਉਣ ਵਾਲੇ। ਸਾਰੀ ਸ੍ਰਿਸ਼ਟੀ ਤੁਸੀਂ ਬਣਾਈ ਹੈ, ਸਭ ਨੂੰ ਤੁਸੀਂ ਬਣਾਉਂਦੇ ਪਏ ਹੋ, ਸਾਰੀਆਂ ਘਾੜਤਾਂ ਆਪ ਘੜਨ ਵਾਲੇ ਅਤੇ ਬਣਾ ਕੇ ਮਹਾਰਾਜ ਫਿਰ ਆਪ ਸਾਰਿਆਂ ਦੇ ਨਾਥ ਕਹੀਏ ਮਾਲਕ ਹੋ, ਸਭ ਨੂੰ ਵੇਖਦੇ ਪਏ ਹੋ। ਜਲ ਥਲ ਮਈਲ ਭਰਪੂਰ, ਉਹ ਪਰਮਾਤਮਾ ਜਲ ਕਹੀਏ ਪਾਣੀ ਦੀ ਬੂੰਦ ਬੂੰਦ ਵਿੱਚ ਸਮਾਇਆ ਹੋਇਆ। ਤਾਂ ਹੀ ਬਚਨ ਆਉਂਦਾ ਪਹਿਲਾ ਪਾਣੀ ਜੀਓ ਹੈ, ਉਹ ਪਾਣੀ ਵਿੱਚ ਸਮਾਇਆ, ਜਲ ਪਾਣੀ ਦੀ ਬੂੰਦ ਬੂੰਦ ਵਿੱਚ ਸਮਾਇਆ ਹੋਇਆ। ਅਤੇ ਥਲ ਜਿਹੜੇ ਮਾਰੂ ਥਲ ਨੇ, ਰੇਗਿਸਤਾਨ ਨੇ, ਉੱਥੇ ਰੇਤਾ ਦੇ ਢੇਰ ਹੀ ਪਏ ਹੋਏ, ਰੇਤਾ ਦੇ ਕਣ ਕਣ ਵਿੱਚ ਵੀ ਤੇਰਾ ਨਿਵਾਸ ਹੈ। ਅਤੇ ਮਹੀ ਅਲ, ਮਹੀ ਨਾਮ ਧਰਤੀ ਦਾ, ਬਾਕੀ ਜਿੰਨੀ ਧਰਤੀ ਹੈ ਮਾਰੂ ਥਲ ਤੋਂ ਬਿਨਾਂ, ਪਾਣੀ ਤੋਂ ਬਿਨਾਂ ਜਿਹੜੀ ਬਾਕੀ ਧਰਤੀ ਬਚ ਗਈ ਹੈ ਉਹਦੇ ਵਿੱਚ ਵੀ ਤੁਹਾਡਾ ਨਿਵਾਸ ਹੈ। ਅਤੇ ਅਲ ਜਿਹੜਾ ਸਮੂਹ ਆਕਾਸ਼ ਹੈ ਨਾ, ਜਿੰਨੇ ਵੀ ਇਹ ਪਤਾਲ ਅਤੇ ਆਕਾਸ਼ ਨੇ, ਸਾਰਿਆਂ ਵਿੱਚ ਆਪ ਮਹਾਰਾਜ ਵੱਸਦੇ ਹੋ। ਸਭ ਉੱਪਰ ਸਾਜ ਧਣੀ, ਇਹ ਅਕਾਲ ਪੁਰਖ ਆਕਾਸ਼ ਆਦਿਕਾਂ ਵਿੱਚ ਵੀ ਆਪ ਭਰਪੂਰ ਹੋ ਰਹੇ ਹੋ, ਸਾਰਿਆਂ ਤੋਂ ਉੱਪਰ ਹੋ ਅਤੇ ਧਣੀ ਕਹੀਏ ਸਾਰਿਆਂ ਦੇ ਮਾਲਕ ਹੋ ਮਹਾਰਾਜ, ਐਸੇ ਆਪ ਹੋ। ਜਿਨ ਜਪਿਆ ਹਰ ਮਨ ਚੀਤ, ਜਿਨ੍ਹਾਂ ਨੇ ਮਨ ਕਰਕੇ ਜਪਿਆ, ਮਨ ਚਿੱਤ ਕਰਕੇ। ਕਈ ਵਾਰੀ ਆਪਾਂ ਬਾਣੀ ਪੜ੍ਹਦੇ ਹਾਂ ਨਾ, ਸਾਡਾ ਧਿਆਨ ਪਤਾ ਨਹੀਂ ਕਿੱਥੇ ਹੁੰਦਾ ਅਤੇ ਅਸੀਂ ਕਿਤੇ ਹੋਰ ਪਾਸੇ ਹੁੰਦੇ ਹਾਂ। ਮਹਾਰਾਜ ਕਹਿਣ ਲੱਗੇ ਉਹ ਗੁਰਮੁਖ ਜਿਨ੍ਹਾਂ ਨੇ ਤੇਰੇ ਨਾਮ ਨੂੰ ਮਨ ਕਰਕੇ, ਚਿੱਤ ਕਰਕੇ ਜਪਿਆ, ਉਹ ਗੁਰਮੁਖ ਵੱਡਿਆਂ ਭਾਗਾਂ ਵਾਲੇ। ਦੌਲਤ ਨਵਾਬ ਖਾਨ ਵੀ ਨਵਾਜ ਪੜ੍ਹਦਾ ਪਰ ਮਨ ਨਹੀਂ ਟਿਕਿਆ ਕਿਤੇ ਪਾਸੇ ਗਿਆ ਹੋਇਆ, ਕਾਜੀ ਪੜ੍ਹਦਾ ਅਤੇ ਉਹਦਾ ਮਨ ਵੀ ਪਾਸੇ ਗਿਆ ਹੋਇਆ।
ਇੱਧਰ ਗੁਰੂ ਹਰਿ ਰਾਏ ਪਾਤਸ਼ਾਹ ਮਹਾਰਾਜ ਦਾ ਸਿੱਖ ਚਰਨਾਂ ਦਾ ਧਿਆਨ ਧਾਰਨ ਕਰਕੇ ਬੈਠਾ, ਉਹ ਧਿਆਨ ਦੇ ਵਿੱਚ ਹੀ ਚਰਨ ਨਹੀਂ ਛੱਡਦਾ ਪਿਆ, ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਕਮਾਈ ਹੈ। ਸ਼ਾਹੀ ਕਾਜੀ ਨਮਾਜ਼ ਪੜ੍ਹਦਾ ਅਤੇ ਧਿਆਨ ਵਿੱਚ ਨਹੀਂ, ਗੁਰੂ ਦਾ ਸਿੱਖ ਚਰਨਾਂ ਦਾ ਧਿਆਨ ਜੋੜਦਾ ਹੈ ਅਤੇ ਚਰਨਾਂ ਦਾ ਧਿਆਨ ਧਿਆਨ ਵਿੱਚੋਂ ਛੱਡਦਾ ਹੀ ਨਹੀਂ ਹੈ। ਅਤੇ ਮਹਾਰਾਜ ਬੈਠੇ ਰਹਿੰਦੇ, ਸਾਡੇ ਸਿੱਖ ਨੇ ਚਰਨਾਂ ਨੂੰ ਧਿਆਇਆ ਹੋਇਆ। ਮਹਾਰਾਜ ਕਹਿਣ ਲੱਗੇ, ਭਾਈ ਐਸੇ ਗੁਰਮੁਖ ਗੁਰੂ ਹਰਿ ਰਾਏ ਮਹਾਰਾਜ ਦੇ ਸਿੱਖਾਂ ਵਰਗੇ ਜਿਹੜੇ ਆਪਣੇ ਧਿਆਨ ਦੇ ਵਿੱਚ ਮਹਾਰਾਜ ਤੁਹਾਡੇ ਚਰਨਾਂ ਨੂੰ ਫੜ ਕੇ ਬੈਠੇ ਰਹਿੰਦੇ ਸਮਾਧੀ ਲਾ ਕੇ, ਐਸੇ ਗੁਰਮੁਖ ਨੇ ਜਿਨ ਜਪਿਆ ਹਰ ਮਨ ਚੀਤ, ਮਨ ਚਿਤ ਕਰਕੇ ਜਿਹਨੇ ਤੇਰੇ ਨਾਮ ਨੂੰ ਜਪਿਆ ਹੈ। ਹਰ ਜਪ ਜਪ ਮੁਕਤ ਘਣੀ, ਐਸੇ ਗੁਰਮੁਖ ਘਣੀ ਕਹੀਏ ਬਹੁਤੇ ਨੇ, ਅਤੇ ਉਹਨਾਂ ਨੇ ਤੁਹਾਡੇ ਨਾਮ ਨੂੰ ਜਪ ਕੇ ਜਪ ਕੇ ਜਪ ਕੇ ਬਹੁਤੇ ਮੁਕਤ ਹੋ ਗਏ, ਅਤੇ ਬਹੁਤਿਆਂ ਨੇ ਮੁਕਤ ਹੋ ਜਾਣਾ ਹੈ। ਮਨ ਜੀਵੈ ਨਾਮ ਸੁਣ ਤੇਰਾ, ਐਸਾ ਤੇਰਾ ਨਾਮ ਹੈ, ਗੁਰਮੁਖ ਸੁਣ ਸੁਣ ਕੇ ਜਿਉਂਦੇ ਹਨ। ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਉਹ ਪ੍ਰਾਣੀ ਮੁਕਤ ਹੋ ਗਏ। ਪ੍ਰਾਣੀ ਜਿਨ੍ਹਾਂ ਦੇ ਅੰਦਰ ਪ੍ਰਾਣ ਚੱਲਦੇ ਪਏ, ਸਾਹ ਚੱਲਦੇ ਪਏ, ਜਿਨ੍ਹਾਂ ਨੇ ਤੁਹਾਡੇ ਨਾਮ ਨੂੰ ਜਪਿਆ ਅਕਾਲ ਪੁਰਖ ਜੀ, ਉਹ ਜਪਣ ਵਾਲੇ ਗੁਰਮੁਖ ਸੰਸਾਰ ਤੋਂ ਮੁਕਤ ਹੋ ਗਏ। ਸਤਿਗੁਰ ਸਿੱਖ ਕਹਿ ਬੰਧਨ ਕੱਟੈ, ਨਾਮ ਜਪਣ ਵਾਲਿਆਂ ਦੇ ਮਹਾਰਾਜ ਨੇ ਬੰਧਨ ਹੀ ਕੱਟ ਦਿੱਤੇ, ਉਹ ਮੁਕਤ ਹੋ ਗਏ, ਹੁਣ ਬੱਧੇ ਨਹੀਂ ਰਹਿ ਗਏ। ਜਿਵੇਂ ਪਸ਼ੂ ਰੱਸੇ ਨਾਲ ਬੰਧਾ ਜਾਂਦਾ ਨਾ, ਗੁਰਮੁਖ ਉਹ ਹਿੱਲ ਨਹੀਂ ਸਕਦਾ, ਕਿਤੇ ਜਾ ਨਹੀਂ ਸਕਦਾ, ਇਸੇ ਤਰ੍ਹਾਂ ਅਸੀਂ ਸੰਸਾਰੀ ਲੋਕ ਕਰਮਾਂ ਦੇ ਬੱਧੇ ਹੋਏ ਹਾਂ। ਕਦੇ ਸਾਨੂੰ ਮੋਹ ਬੰਨ੍ਹ ਲੈਂਦਾ, ਕਦੇ ਸਾਨੂੰ ਲੋਭ ਬੰਨ੍ਹ ਲੈਂਦਾ, ਕਦੇ ਕਾਮ ਬੰਨ੍ਹ ਲੈਂਦਾ, ਪਰ ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਉਹਨਾਂ ਦੇ ਸਾਰੇ ਬੰਧਨ ਤੁਸੀਂ ਤੋੜ ਦਿੱਤੇ ਹਨ। ਤਿਨਕੇ ਉਜਲ ਮੁਖ ਹਰ ਦੁਆਰ, ਉਹਨਾਂ ਦੇ ਜਿਹੜੇ ਮੁਖ ਨੇ ਉਹ ਹਰੀ ਦੇ ਦਰ 'ਤੇ ਉਜਲੇ ਨੇ। ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ, ਉਹਨਾਂ ਦੇ ਮੁਖ ਉਜਲ ਨੇ, ਬੇਦਾਗ ਨੇ, ਦਾਗ ਨਹੀਂ ਕੋਈ ਵੀ ਲੱਗਾ, ਕਲੰਕ ਨਹੀਂ ਕੋਈ ਵੀ ਲੱਗਾ, ਐਸੇ ਉਜਲੇ ਮੁਖ ਵਾਲੇ ਨੇ ਉਹ ਗੁਰੂ ਕੇ ਸਿੱਖ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ। ਸੇਵਾ ਕਰਨ ਵਾਲੇ ਉਜਲੇ ਮੁਖ ਵਾਲੇ ਗੁਰਮੁਖ ਹਨ। ਹਲਤ ਪਲਤ ਜਨ ਭਏ ਸੁਹੇਲੇ, ਜਿਨ੍ਹਾਂ ਦੇ ਮੁਖ ਉਜਲੇ ਨੇ ਉਹ ਐਸ ਲੋਕ ਦੇ ਵਿੱਚ ਹੀ ਸੁਹੇਲੇ ਕਹੀਏ ਸ਼ੋਭਨੀਕ ਨੇ, ਇੱਥੇ ਵੀ ਵਡਿਆਈ ਹੈ। ਜਦੋਂ ਸਰੀਰ ਛੱਡ ਕੇ ਪਰਲੋਕ ਚਲੇ ਜਾਂਦੇ ਉੱਥੇ ਵੀ ਵਡਿਆਈ ਹੈ, ਲੋਕ ਪਰਲੋਕ ਦੇ ਅੰਦਰ। ਗੁਰੂ ਕਾ ਸਿੱਖ ਹੋਇਆ ਨਾ ਭਾਈ ਲੱਦਾ ਪਾਰੋ ਪੁਕਾਰੀ, ਅਤੇ ਭਾਈ ਸੱਤੇ ਬਲਵੰਡੇ ਨੂੰ ਬਖਸ਼ਾਉਣ ਵਾਸਤੇ ਆਪਣੇ ਮੂੰਹ 'ਤੇ ਆਪੇ ਹੀ ਕਲਖ ਮਲ ਲੈਂਦਾ। ਮਹਾਰਾਜ ਕਹਿਣ ਲੱਗੇ ਦੁਨਿਆਵੀ ਤੌਰ 'ਤੇ ਵਿਖਾਵੇ ਮਾਤਰ ਕਲਖ ਮਲੀ ਹੈ, ਪਰ ਮੁੱਖ ਉਜਲਾ ਹੈ ਨਾਮ ਜਪ ਕੇ, ਸੇਵਾ ਕਰਕੇ, ਭਾਣਾ ਮੰਨ ਕੇ ਗੁਰਮੁਖ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਗੁਰਮੁਖ ਨੇ ਭਾਈ ਲੱਦੇ ਵਰਗੇ, ਲੋਕ ਪਰਲੋਕ ਵਿੱਚ ਸ਼ੋਭਨੀਕ ਹੁੰਦੇ ਹਨ। ਹਰ ਰੱਖ ਲਈਏ ਰੱਖਣਹਾਰ, ਜੋ ਰੱਖਣਹਾਰ ਹੈ ਨਾ ਪਰਮਾਤਮਾ, ਉਹਨੇ ਰੱਖ ਲਈਏ ਤਿੰਨ ਰੱਖਣਹਾਰ, ਸਭ ਵਿਆਦ ਮਟਾਈ ਕਹੁ ਨਾਨਕ ਕਿਰਪਾ ਭਈ, ਪ੍ਰਭ ਭੈ ਸਹਾਈ ਤਾਤੀ ਵਾਓ ਨ ਲੱਗਈ, ਪਾਰ ਬ੍ਰਹਮ ਸਰਨ ਆਈ। ਸ਼ਬਦ ਆਪਾਂ ਪੜ੍ਹਦੇ ਹਾਂ ਨਾ ਸਤਿਗੁਰੂ ਜੀ ਦਾ, ਇਹਦੇ ਵਿੱਚ ਮਹਾਰਾਜ ਨੇ ਆਖਿਆ, ਕਹਿਣ ਲੱਗੇ ਰੱਖ ਲਈਏ ਤੈਨੂੰ ਰੱਖਣਹਾਰ, ਰੱਖਣ ਵਾਲ ਰੱਖਣਹਾਰ ਪਰਮਾਤਮਾ ਰੱਖ ਲੈਂਦਾ, ਸਭ ਵਿਆਧ ਮਟਾਈ, ਸਾਰੀਆਂ ਬਿਮਾਰੀਆਂ ਆਦੀ ਵਿਆਧੀ ਅਤੇ ਉਪਾਧੀ ਸਾਰੀਆਂ ਹੀ ਨਾਸ ਹੋ ਜਾਂਦੀਆਂ ਹਨ।
ਸਤ ਸੰਗਤ ਜਨ ਸੁਣੋ ਭਾਈ। ਮਹਾਰਾਜ ਕਹਿਣ ਲੱਗੇ ਆ ਭਾਈ, ਜਿਹੜੇ ਹਰੀ ਦੇ ਸੰਤ ਹਨ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਸ਼ੁਭ ਵਚਨਾਂ ਨੂੰ ਸੁਣਨਾ ਕਰੋ। ਗੁਰਮੁਖੋ, ਮਾੜੀ ਸੰਗਤ ਵਿੱਚ ਜਾਵਾਂਗੇ ਨਾ, ਉੱਥੋਂ ਮਾੜੀਆਂ ਗੱਲਾਂ, ਜੁਆਰੀਆਂ ਦੀ ਸੰਗਤ ਵਿੱਚ ਬੈਠਾਂਗੇ ਜੂਆ ਦੀਆਂ ਗੱਲਾਂ, ਸ਼ਰਾਬੀਆਂ ਦੀ ਸੰਗਤ ਵਿੱਚ ਬੈਠਾਂਗੇ ਸ਼ਰਾਬ ਦੀਆਂ ਗੱਲਾਂ, ਚੋਰਾਂ ਦੀ ਸੰਗਤ ਵਿੱਚ ਬੈਠਾਂਗੇ ਤਾਂ ਚੋਰੀ ਦੀਆਂ ਗੱਲਾਂ, ਬਦਮਾਸ਼ਾਂ ਦੀ ਸੰਗਤ ਵਿੱਚ ਬੈਠਾ ਤਾਂ ਬਦਮਾਸ਼ੀ ਦੀਆਂ ਗੱਲਾਂ। ਜਿਹੋ ਜਿਹੀ ਸੰਗਤ ਵਿੱਚ ਜਾ ਕੇ ਬੈਠੇਗਾ ਉਹੋ ਜਿਹੀਆਂ ਗੱਲਾਂ ਸੁਣਨ ਵਾਸਤੇ ਮਿਲਣਗੇ। ਪਰ ਗੁਰੂ ਕਿਹਾ ਸਿੱਖਾ, ਜੇ ਸੰਗਤ ਵਿੱਚ ਆ ਕੇ ਬੈਠੇਗਾ ਨਾ ਗੁਰੂ ਦੇ ਦਰ 'ਤੇ, ਇੱਥੇ ਫਿਰ ਮਹਾਰਾਜ ਦੇ ਦਰੋਂ ਘਰੋਂ ਤੁਹਾਨੂੰ ਕਿਹੜੀਆਂ ਗੱਲਾਂ ਮਿਲਣਗੀਆਂ? ਸ਼ੁਭ ਬਚਨ ਜਿਹੜੇ ਸੁਣੇ, ਸ਼ੁਭ ਬਚਨਾਂ ਨੂੰ ਕਹਿਣਾ ਹੀ ਪ੍ਰਾਪਤ ਹੁੰਦਾ ਹੈ। ਗੁਰਮੁਖ ਹਰ ਸੇਵਾ ਸਫਲ ਬਣੀ। ਜਿਹੜੇ ਗੁਰਮੁਖ ਬਣੇ ਨੇ ਮੁਖੀ ਗੁਰਾਂ ਦੁਆਰਾ, ਜਿਨ੍ਹਾਂ ਨੇ ਸੇਵਾ ਕੀਤੀ ਹੈ, ਉਹ ਗੁਰਮੁਖ ਆਪ ਸਫਲ ਹੋ ਗਏ, ਉਹਨਾਂ ਦੀ ਕੀਤੀ ਹੋਈ ਸੇਵਾ ਵੀ ਸਫਲ ਹੋ ਗਈ ਹੈ। ਉਹ ਗੁਰਮੁਖ ਦੁਨੀਆਂ 'ਤੇ ਆਏ ਹੋਏ ਸਫਲੇ, ਉਹਨਾਂ ਦੀ ਸੇਵਾ ਵੀ ਸਫਲੀ ਹੈ। ਜਲ ਥਲ ਮਈਲ ਭਰਪੂਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਕਾਲ ਪੁਰਖ, ਆਪ ਜਲ ਕਹੀਏ ਪਾਣੀ ਵੀ ਦੀ ਬੂੰਦ ਬੂੰਦ ਵਿੱਚ ਵੀ ਸਮਾਏ ਹੋਏ, ਥਲ ਕਹੀਏ ਮਾਰੂ ਥਲ ਦੇ ਰੇਗਿਸਤਾਨ ਦੇ ਕਣ ਕਣ ਵਿੱਚ ਸਮਾਏ ਹੋਏ, ਮਹੀ ਧਰਤੀ ਦੇ ਵਿੱਚ ਅਲ ਆਕਾਸ਼ ਦੇ ਵਿੱਚ ਆਪ ਧਨੀ ਮਾਲਕ ਸਾਰਿਆਂ ਵਿੱਚ ਪਰਿਪੂਰਨ ਹੋ ਰਹੇ ਹੋ। ਸਾਰਿਆਂ ਦੇ ਆਪ ਉੱਪਰ ਹੋ ਅਤੇ ਧਨੀ ਕਹੀਓ ਵੀ ਸਾਰਿਆਂ ਦੇ ਮਾਲਕ ਹੋ, ਇਹ ਮਾਲਕ ਆਪ ਸਾਰਿਆਂ ਦੇ ਧਨੀ ਉੱਪਰ ਹੋ ਅਤੇ ਸਾਰਿਆਂ ਦੇ ਉੱਪਰ ਕਿਰਪਾ ਕਰਨ ਵਾਲੇ ਹੋ। ਥਾਨ ਥਨੰਤਰ ਹਰ ਇੱਕ। ਉਹ ਪਰਮਾਤਮਾ ਸਾਰੇ ਸਥਾਨਾਂ 'ਤੇ ਇੱਕੋ ਹੀ ਹੈ, ਮੰਦਰ ਵਿੱਚ ਵੀ ਉਹ ਵੀ ਵਸਿਆ ਹੈ, ਮਸੀਤ ਅੰਦਰ ਵੀ ਉਹੀ ਹੈ, ਸਾਰੀਆਂ ਜਗ੍ਹਾ 'ਤੇ, ਕੋਈ ਇਹੋ ਜਿਹੀ ਜਗ੍ਹਾ ਨਹੀਂ ਵੀ ਜਿੱਥੇ ਉਹ ਨਹੀਂ। ਜਿਵੇਂ ਜਮਾਨ ਕਹਿ ਵਿਖੈ ਸਮਸਤ ਏਕ ਜੋਤ ਹੈ, ਜਿਵੇਂ ਨਾਮ ਧਰਤੀ ਦਾ ਅਤੇ ਜਮਾਨ ਨਾਮ ਆਕਾਸ਼ ਦਾ, ਜਿਵੇਂ ਜਮਾਨ ਕਹਿ ਵਿਖੈ ਧਰਤੀ ਅਤੇ ਆਕਾਸ਼ ਦੇ ਵਿੱਚ ਸਮਸਤ ਜੋਤ ਏਕ ਹੈ, ਸਾਰਿਆਂ ਵਿੱਚ ਇੱਕੋ ਹੀ ਜੋਤ ਕੰਮ ਕਰਦੀ ਪਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੂੰ ਥਾਨ, ਥਾਨ ਕੀ ਜਿਹੜੇ ਅਸਥਾਨ ਨੇ ਉਹਨਾਂ ਦੇ ਅੰਦਰ ਥਾਵਾਂ ਦੇ ਵਿੱਚ ਤੂੰ ਵਸਿਆ ਹੈ, ਥਨੰਤਰ ਉਹਨਾਂ ਥਾਵਾਂ ਦੇ ਅੰਦਰ ਵੀ ਵਸਿਆ ਹੋਇਆ, ਕਮਰੇ ਦੇ ਵਿੱਚ ਕਮਰਾ ਹੈ, ਉਸ ਕਮਰੇ ਦੇ ਅੰਦਰ ਫਿਰ ਅੱਗੇ ਕਮਰਾ ਹੈ, ਮਹਾਰਾਜ ਉਹਨਾਂ ਵਿੱਚ ਵੀ ਆ ਵਸੇ ਹੋਏ ਸਮਾਏ ਹੋਏ। ਫਿਰ ਫਰਮਾਉਂਦੇ ਹਨ ਥਾਨ ਥਨੰਤਰ ਹਰ ਏਕ, ਅਕਾਲ ਪੁਰਖ ਆਪ ਸਾਰਿਆਂ ਥਾਵਾਂ 'ਤੇ ਹੋਈ, ਥਨੰਤਰ ਜਿਹੜੇ ਥਣਾਂ ਵਾਲੇ ਜੀਵ ਨੇ ਉਹਨਾਂ ਵਿੱਚ ਵੀ ਆਪ, ਸਾਰੇ ਥਣਧਾਰੀ ਜੀਵਾਂ ਵਿੱਚ ਆਪ ਮਹਾਰਾਜ ਸਮਾਏ ਹੋਏ ਬੈਠੇ ਹੋਏ ਹੋ। ਹਰ ਇੱਕੋ ਇੱਕ ਰਵਿਆ, ਇੱਕੋ ਇੱਕ ਪਰਮਾਤਮਾ ਸਾਰਿਆਂ ਥਾਵਾਂ 'ਤੇ ਰਵਿਆ ਹੋਇਆ, ਰਵਿਆ ਤੋਂ ਭਾਵ ਕੇ ਪਰਿਪੂਰਨ ਹੋ ਰਿਹਾ ਸਾਰਿਆਂ ਥਾਵਾਂ 'ਤੇ, ਉਹ ਸਵਾਇਮਾਨ ਹੋ ਰਿਹਾ ਹੈ ਸਾਰੇ ਥਾਵਾਂ 'ਤੇ, ਉਹ ਮਿਲਿਆ ਹੋਇਆ ਹੈ। ਵਣਤ੍ਰਿਣ ਤ੍ਰਿਭਵਨ ਸਭ ਸ੍ਰੇਸ਼ਟ। ਮਹਾਰਾਜ ਕਹਿਣ ਲੱਗੇ ਵਣ ਕਹੀਏ ਜੰਗਲ, ਜਿਹੜੇ ਬੜੇ ਬੜੇ ਸੰਘਣੇ ਜੰਗਲ ਨੇ ਉਹਨਾਂ ਜੰਗਲਾਂ ਵਿੱਚ ਵੀ ਮਹਾਰਾਜ ਤੁਹਾਡਾ ਹੀ ਨਿਵਾਸ ਹੈ, ਅਤੇ ਤ੍ਰਿਣ ਨਾਮ ਹੈ ਘਾਹ ਦਾ, ਘਾਹ ਦੇ ਹਰੇਕ ਤੀਲੇ ਵਿੱਚ ਤੁਹਾਡਾ ਨਿਵਾਸ, ਘਾਹ ਦੇ ਹਰੇਕ ਪੱਤੇ ਵਿੱਚ ਤੁਹਾਡਾ ਨਿਵਾਸ ਹੈ। ਵਣ ਤ੍ਰਿਣ, ਤ੍ਰਿਣ ਘਾਹ, ਘਾਹ ਦੇ ਵਿੱਚ ਵੀ ਆ ਵੱਸਦੇ ਪਏ, ਅਤੇ ਵਣ ਕਹੀਏ ਜੰਗਲ ਵਿੱਚ ਵੀ ਵੱਸਦੇ ਪਏ।
ਅਤੇ ਤਿੰਨ ਭਵਨ, ਜਿਹੜੇ ਤਿੰਨ ਭਵਨ ਨੇ, ਤਿੰਨ ਲੋਕ ਨੇ, ਤਿੰਨਾਂ ਲੋਕਾਂ ਵਿੱਚ ਵੀ ਮਹਾਰਾਜ ਤੁਹਾਡਾ ਨਿਵਾਸ ਹੈ। ਸਭ ਸ੍ਰਿਸ਼ਟ, ਸਾਰੀ ਸ੍ਰਿਸ਼ਟੀ ਵਿੱਚ ਤੁਸੀਂ ਆਪ ਵਸਦੇ ਪਏ ਹੋ। ਮੁਖ ਹਰ ਹਰ ਨਾਮ ਚਵਿਆ, ਗੁਰਮੁਖਾਂ ਨੇ ਆਪਣੇ ਮੁਖ ਤੋਂ ਤੁਹਾਡੇ ਨਾਮ ਨੂੰ ਵਾਹਿਗੁਰੂ ਵਾਹਿਗੁਰੂ ਕਹਿ ਕੇ ਚਵਿਆ ਕਹੀਏ ਉਚਾਰਿਆ ਹੈ। ਗੁਰਮੁਖ ਤੁਹਾਡੇ ਨਾਮ ਨੂੰ ਜਪਦੇ ਪਏ ਹਰ ਵੇਲੇ ਆਪਣੇ ਮੁਖੋਂ। ਉਹਨਾਂ ਨੇ ਜਾਣ ਲਿਆ ਕਿ ਆਪ ਜੰਗਲਾਂ ਵਿੱਚ ਵੀ ਬੈਠੇ ਹੋ, ਆਪ ਘਾਹ ਦੇ ਵਿੱਚ ਵੀ ਬੈਠੇ ਹੋ, ਆਪ ਪਾਣੀ ਵਿੱਚ ਵੀ ਬੈਠੇ ਹੋ, ਸਾਰਿਆਂ ਥਾਵਾਂ 'ਤੇ ਜਾਣ ਕੇ ਗੁਰਮੁਖਾਂ ਨੇ ਆਪਣੀ ਜ਼ੁਬਾਨ ਤੋਂ ਤੁਹਾਡੇ ਨਾਮ ਨੂੰ ਜਪਿਆ ਹੈ। ਸਭ ਚਵੈ ਹਰ ਹਰ ਨਾਮ ਕਰਤੇ, ਇਹ ਕਰਤੇ ਅਕਾਲ ਪੁਰਖ, ਗੁਪਤ ਅਤੇ ਪ੍ਰਗਟ ਸਾਰੇ ਹੀ ਤੇਰੇ ਨਾਮ ਨੂੰ ਜਪਦੇ ਪਏ। ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਆਖਿਆ, ਕਹਿਣ ਲੱਗੇ, ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਨਾਨਕ ਕਿਆ ਵਿਚਾਰ। ਹੋਰ ਕਿੰਨੇ ਕੁ ਤੁਹਾਨੂੰ ਗਾਉਂਦੇ ਪਏ ਅਕਾਲ ਪੁਰਖ, ਸਾਡੇ ਚਿੱਤ ਚੇਤੇ ਵਿੱਚ ਨਹੀਂ ਆਉਂਦੇ, ਯਾਦ ਸ਼ਕਤੀ ਵਿੱਚ ਨਹੀਂ ਆ ਰਿਹਾ। ਇੰਨੀ ਸ੍ਰਿਸ਼ਟੀ, ਇੰਨੇ ਜੀਵ ਆਪ ਜੀ ਨੂੰ ਚੇਤੇ ਕਰਦੇ ਪਏ। ਪਾਤਸ਼ਾਹ ਕਹਿਣ ਲੱਗੇ, ਮੁਖ ਹਰ ਹਰ ਨਾਮ ਚਵਿਆ, ਆਪਣੇ ਮੁਖੋਂ ਕਹਿ ਕਹਿ ਕੇ ਬੇਅੰਤ ਨਾ ਤੇਰੇ ਨਾਮ ਨੂੰ ਜਪਿਆ ਹੈ। ਸਭ ਚਵੈ ਹਰ ਹਰ ਨਾਮ ਕਰਤੇ, ਇਹ ਕਰਤੇ ਅਕਾਲ ਪੁਰਖ, ਸਾਰੇ ਲੋਕ ਆਪ ਜੀ ਦੇ ਨਾਮ ਨੂੰ ਉਚਾਰਦੇ ਹਨ, ਭਾਵੇਂ ਉਹ ਕਿਸੇ ਵੀ ਮਤ ਦੇ ਹੋਣ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ, ਭਾਵੇਂ ਉਹ ਕਿਸੇ ਵੀ ਖਿੱਤੇ ਦੇ ਵਿੱਚ ਕੰਮ ਕਰਦੇ ਹੋਣ, ਪਰ ਨਾਮ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਰੇ ਤੁਹਾਡਾ ਹੀ ਜਪਦੇ ਪਏ, ਤੁਹਾਡੇ ਨਾਮ ਨੂੰ ਲੈਂਦੇ ਹਨ। ਅਸੰਖ ਅਗਣਤ ਹਰ ਧਿਆਵੈ, ਅਕਾਲ ਪੁਰਖ, ਆਪ ਜੀ ਦਾ ਨਾਮ ਅਸੰਖ ਹੈ। ਸੰਖ ਕਹੀਏ ਬੇਅੰਤ ਹੈ। ਜੇ ਇੱਕ ਬੰਦੇ ਨੇ ਜਪਿਆ, ਦੂਜੇ ਨੇ ਵੀ ਜਪਿਆ ਹੈ, ਤੀਜੇ ਨੇ ਵੀ ਜਪਿਆ, ਅਤੇ ਕਦੇ ਉਹਨੇ ਇਹ ਨਹੀਂ ਕਿਹਾ ਵੀ ਅੱਜ 10 ਬੰਦਿਆਂ ਨੇ ਨਾਮ ਜਪ ਲਿਆ ਅਤੇ ਬਸ ਭਾਈ ਹੋਰ ਨਾ ਕੋਈ ਜਪੇ, ਨਹੀਂ, ਅਸੰਖ ਹੀ ਜਪਦੇ ਪਏ। ਅਤੇ ਕਦੇ ਉਹਨੇ ਇਹ ਨਹੀਂ ਆਖਿਆ ਵੀ ਹੁਣ 10 ਬੰਦੇ ਜਪ ਕੇ ਹਟ ਜਾਣਗੇ ਅਤੇ ਬਾਅਦ ਵਿੱਚ ਤੁਸੀਂ ਜਪ ਲਿਓ, ਨਹੀਂ, ਭਾਵੇਂ ਸਾਰੀ ਦੁਨੀਆ ਇਕੱਠੀ ਜਪਣ ਲੱਗ ਪਵੇ ਤਾਂ ਵੀ ਕੋਈ ਮਨਾ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਅਸੰਖ ਅਗਣਤ ਹਰ ਧਿਆਵੇ, ਅਗਣਤ ਕਹੀਏ ਬੇਗਿਣਤ, ਜਿਨ੍ਹਾਂ ਦੀ ਗਿਣਤੀ ਨਾ ਹੋਵੇ, ਅਸੰਖ ਅਤੇ ਬੇਗਿਣਤ ਲੋਕ ਹਰ ਵੇਲੇ ਤੁਹਾਡੇ ਨਾਮ ਨੂੰ ਧਿਆਉਂਦੇ ਪਏ, ਜਪਦੇ ਪਏ, ਐਸਾ ਆਪ ਜੀ ਦਾ ਵੱਡਾ ਨਾਮ ਹੈ। ਸੋ ਧੰਨ ਧੰਨ ਹਰ ਸੰਤ ਸਾਧੂ, ਮਹਾਰਾਜ ਕਹਿਣ ਲੱਗੇ ਉਹ ਜਿਹੜੇ ਸਾਧੂ ਨੇ ਨਾ ਗੁਰਮੁਖ ਨਾਮ ਜਪਣ ਵਾਲੇ, ਅਤੇ ਸਾਧੂ ਕਹੀਏ ਸਾਧਨਾ ਕਰਨ ਵਾਲੇ। ਆਪਾਂ ਤਾਂ ਚਲੋ ਗੁਰਮੁਖੋ ਘਰ ਵਿੱਚ ਹੀ ਬੈਠੇ ਹਾਂ ਨਾ, ਥੋੜ੍ਹਾ ਬਹੁਤਾ ਨਿਤਨੇਮ ਕਰ ਲਈਦਾ, ਸਮਾਂ ਮਿਲਦਾ ਸੰਗਤ ਵਿੱਚ ਆ ਕੇ ਬੈਠ ਜਾਈਦਾ, ਵੱਡੇ ਭਾਗ ਨੇ। ਪਰ ਗੁਰਮੁਖ ਕੁਝ ਸਾਧੂ ਇਹੋ ਜਿਹੇ ਜਿਹੜੇ ਜੰਗਲਾਂ ਵਿੱਚ ਜਾ ਕੇ ਸਾਧਨਾ ਹੀ ਕਰਦੇ ਪਏ, ਜਟਾਧਾਰੀ ਸਾਧੂ ਬੈਠੇ ਹੋਏ ਸਿਮਰਨ ਵਿੱਚ, ਕੋਈ ਰੁੱਖਾਂ ਦੇ ਨਾਲ ਲੜਕਿਆ ਹੋਇਆ, ਕੋਈ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਜਾ ਕੇ ਬੈਠਾ, ਕੋਈ ਤੀਰਥਾਂ 'ਤੇ ਜਾ ਕੇ ਸਿਮਰਦਾ ਪਿਆ। ਮਹਾਰਾਜ ਜਿਹੜੇ ਸਾਧੂ ਸਾਧਨਾ ਕਰਨ ਵਾਲੇ ਸਿੱਧਾਂ ਵਰਗੇ, ਮਹਾਰਾਜ ਉਹ ਵੀ ਤੁਹਾਡੇ ਨਾਮ ਨੂੰ ਜਪਦੇ ਪਏ। ਅਤੇ ਸਾਧੂ ਨਾਮ ਹੈ ਸ੍ਰੇਸ਼ਟ ਦਾ, ਜਿਹੜੇ ਸ੍ਰੇਸ਼ਟ ਨੇ ਸਾਧੂ ਸੰਤ, ਉਹ ਸਾਰੇ ਤੁਹਾਡੇ ਨਾਮ ਨੂੰ ਜਪ ਕੇ ਤੁਹਾਡਾ ਹੀ ਸਿਮਰਨ ਕਰਦੇ ਹਨ। ਜੋ ਹਰ ਪ੍ਰਭ ਕਰਤੇ ਭਾਵੇ, ਕਰਤੇ ਅਕਾਲ ਪੁਰਖ, ਜੋ ਆਪ ਜੀ ਨੂੰ ਭਾਉਂਦਾ ਹੈ, ਨਾਮ ਤਾਂ ਉਹੀ ਜਪਦਾ ਹੈ ਨਾ।
ਜਿਹੜਾ ਤੁਹਾਨੂੰ ਭਾਉਂਦਾ ਨਹੀਂ ਉਹ ਨਾਮ ਕਿਵੇਂ ਜਪ ਸਕਦਾ? ਨਾਮ ਉਹੀ, ਜੇ ਸਾਡਾ ਮਨ ਇਹ ਗੱਲ ਕਰੇ ਵੀ ਅੱਜ ਮੇਰਾ ਜਪਜੀ ਸਾਹਿਬ ਪੜ੍ਹਨ ਨੂੰ ਜੀ ਕਰਦਾ ਪਿਆ, ਅੱਜ ਮੇਰਾ ਸੁਖਮਨੀ ਸਾਹਿਬ ਦਾ ਪਾਠ ਕਰਨ ਨੂੰ ਮਨ ਕਰਦਾ ਪਿਆ, ਜਾਂ ਮੈਂ ਇਹ ਗੁਰਬਾਣੀ ਪੜ੍ਹਦਾ ਪਿਆ ਹਾਂ, ਸਮਝੋ ਵੀ ਤੁਸੀਂ ਕਰਤੇ ਨੂੰ ਭਾਉਂਦੇ ਪਏ, ਚੰਗੇ ਲੱਗਦੇ ਪਏ, ਤਾਂ ਤੁਸੀਂ ਇਹ ਜਪਦੇ ਪਏ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਜੋ ਹਰ ਪ੍ਰਭ ਕਰਤੇ ਭਾਵੇ, ਜਿਹੜੇ ਕਰਤੇ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ, ਨਾਮ ਤੇ ਉਹਨਾਂ ਨੇ ਜਪਣਾ ਹੈ। ਸੋ ਸਫਲ ਦਰਸ਼ਨ ਦੇਹੋ ਕਰਤੇ, ਇਹ ਕਰਤੇ ਅਕਾਲ ਪੁਰਖ, ਉਹ ਗੁਰਮੁਖ ਸਫਲੇ ਨੇ ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਹੈ। ਐਸੇ ਸਫਲੇ ਮਹਾਂਪੁਰਖਾਂ ਦੇ ਸਾਨੂੰ ਵੀ ਆਪ ਦਰਸ਼ਨ ਦੇਣਾ ਕਰੋ। ਜਿਸ ਹਰ ਹਿਰਦੇ ਨਾਮ ਸਦ ਚਵਿਆ, ਜਿਨ੍ਹਾਂ ਗੁਰਮੁਖਾਂ ਨੇ ਹਿਰਦੇ ਵਿੱਚ ਤੁਹਾਡੇ ਨਾਮ ਨੂੰ ਚਵਿਆ ਕਹੀਏ ਉਚਾਰਿਆ ਹੈ, ਜਿਸਨੇ ਹਿਰਦੇ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਆਖਿਆ ਹੈ, ਜਿਹਨੇ ਜ਼ੁਬਾਨ ਕਰਕੇ ਵੀ ਵਾਹਿਗੁਰੂ ਆਖਿਆ ਹੈ, ਜਿਹੜਾ ਸਰੀਰ ਕਰਕੇ ਵੀ ਜਪਦਾ ਪਿਆ ਹੈ, ਮਹਾਰਾਜ ਉਹ ਗੁਰਮੁਖ ਸਾਰੇ ਧੰਨ ਨੇ, ਧੰਨ ਨੇ ਜਿਨ੍ਹਾਂ ਨੇ ਆਪ ਜੀ ਦੇ ਨਾਮ ਨੂੰ ਆਖਿਆ ਹੈ। ਥਾਨ ਥਨੰਤਰ ਹਰ ਏਕ, ਅਕਾਲ ਪੁਰਖ ਆਪ ਸਾਰਿਆਂ ਥਾਵਾਂ 'ਤੇ ਹੋ, ਕੋਈ ਇਹੋ ਜਿਹੀ ਜਗ੍ਹਾ ਨਹੀਂ ਵੀ ਜਿੱਥੇ ਤੁਹਾਡਾ ਨਿਵਾਸ ਨਾ ਹੋਵੇ। ਅਤੇ ਥਨੰਤਰ ਕਹੀਏ ਜਿਹੜੇ ਸਨਧਾਰੀ ਜੀਵ ਨੇ, ਉਹਨਾਂ ਦੇ ਅੰਦਰ ਵੀ ਮਹਾਰਾਜ ਆਪ ਸਮਾਏ ਹੋਏ ਹੋ। ਤੁਸੀਂ ਇੱਕੋ ਏਕ ਹੀ ਹੋ ਮਹਾਰਾਜ, ਜਿਹੜੇ ਸਾਰਿਆਂ ਥਾਵਾਂ 'ਤੇ ਰਵਿਆ ਕਹੀਏ ਵੀ ਮਿਲੇ ਹੋਏ ਹੋ, ਕੋਈ ਇਹੋ ਜਿਹੀ ਜਗ੍ਹਾ ਨਹੀਂ ਵੀ ਜਿੱਥੇ ਤੁਸੀਂ ਨਾ ਹੋਵੋ। ਸਾਰਿਆਂ ਥਾਵਾਂ 'ਤੇ ਆਪ ਸੁਭਾਏਮਾਨ ਹੋ, ਸਾਰਿਆਂ ਥਾਵਾਂ 'ਤੇ ਆਪ ਬੈਠੇ ਹੋਏ ਮਹਾਰਾਜ, ਐਸੀ ਆਪ ਜੀ ਦੀ ਉਪਮਾ ਹੈ। ਤੇਰੀ ਭਗਤ ਭੰਡਾਰ ਅਸੰਖ ਜਿਸ ਦੇਵੈ ਮੇਰੇ ਸਵਾਮੀ ਤਿਸ ਮਿਲੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੇਰੀ ਭਗਤ ਭੰਡਾਰ ਅਸੰਖ ਸਵਾਮੀ, ਐ ਸਵਾਮੀ ਮਾਲਕ, ਤੇਰੀ ਭਗਤੀ ਦੇ ਭੰਡਾਰੇ ਅਸੰਖਾਂ ਹੀ ਨੇ, ਬੇਅੰਤ ਹੀ ਨੇ ਤੇਰੀ ਭਗਤੀ ਦੇ ਭੰਡਾਰੇ। ਅਤੇ ਉਸ ਬੇਅੰਤ ਖਜ਼ਾਨੇ ਨੂੰ ਬੇਅੰਤ ਲੋਕ ਜਪਦੇ ਪਏ, ਤੇਰੀ ਭਗਤ ਭੰਡਾਰ ਐ ਸਵਾਮੀ, ਆਪ ਜੀ ਦੀ ਭਗਤੀ ਦੇ ਜਿਹੜੇ ਭੰਡਾਰ ਖਜ਼ਾਨੇ ਹਨ, ਅਤੇ ਸਾਰੇ ਖਜ਼ਾਨਿਆਂ ਵਿੱਚ ਆਪ ਸਮਾਏ ਹੋਏ, ਤੇਰੀ ਭਗਤੀ ਦੇ ਅਸੰਖਾਂ ਭੰਡਾਰੇ ਹਨ, ਇਹ ਭਗਤੀ ਦੇ ਭੰਡਾਰੇ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਬਖਸ਼ਿਸ਼ ਕਰਦੇ ਹੋ। ਜਿਸ ਕੇ ਮਸਤਕ ਗੁਰ ਹਾਥ, ਜਿਸ ਤੋਂ ਦੇਵੈ, ਜਿਨ੍ਹਾਂ ਨੂੰ ਤੁਸੀਂ ਭਗਤੀ ਦਾ ਭੰਡਾਰਾ ਦਿੰਦੇ ਹੋ, ਮਹਾਰਾਜ ਕਿਰਪਾ ਕਰਕੇ ਵੀ ਲੈ ਭਾਈ ਸਿੱਖਾ ਤੂੰ ਮੇਰੀ ਭਗਤੀ ਦਾ ਭੰਡਾਰਾ ਲੈਣਾ ਕਰ। ਜਿਸ ਤੋਂ ਦੇਵੈ ਮੇਰੇ ਸਵਾਮੀ ਤਿਸ ਮਿਲੈ, ਮੇਰੇ ਸਵਾਮੀ ਤਿਸ ਮਿਲੈ, ਇਹ ਮੇਰੇ ਸਵਾਮੀ ਜਿਹਨੂੰ ਤੁਸੀਂ ਦਿੰਦੇ ਹੋ ਮਿਲਦਾ ਉਹਨੂੰ ਹੀ। ਨਾਮ ਦਾ ਖਜ਼ਾਨਾ ਸਾਰਿਆਂ ਨੂੰ ਨਹੀਂ ਮਿਲਦਾ, ਜਿਹਨੂੰ ਤੁਸੀਂ ਦਿੰਦੇ ਹੋ ਵੀ ਲੈ ਭਾਈ ਤੈਨੂੰ ਦਿੱਤਾ ਤੂੰ ਜਪ ਲਾ, ਉਹੀ ਤੇਰੇ ਨਾਮ ਨੂੰ ਜਪਦਾ ਹੈ। ਜਿਸ ਕੇ ਮਸਤਕ ਗੁਰ ਹਾਥ, ਜਿਨ੍ਹਾਂ ਦੇ ਮੱਥੇ ਦੇ ਉੱਪਰ ਸਤਿਗੁਰਾਂ ਨੇ ਹੱਥ ਰੱਖਿਆ ਹੈ, ਮੱਥੇ 'ਤੇ ਕਹੀਏ ਮਸਤਕ ਦੇ ਉੱਪਰ ਜਿਨ੍ਹਾਂ ਦੇ ਹੱਥ ਰੱਖਿਆ ਮਹਾਰਾਜ, ਜਿਨ੍ਹਾਂ ਦੇ ਸਿਰ ਦੇ ਉੱਪਰ ਹੱਥ ਰੱਖਿਆ, ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਕੇ, ਉਹ ਗੁਰਮੁਖ ਵੱਡਿਆਂ ਭਾਗਾਂ ਵਾਲੇ ਜਿਨ੍ਹਾਂ ਦੇ ਮੱਥੇ ਦੇ ਉੱਪਰ ਆਪ ਜੀ ਨੇ ਆਪਣਾ ਮਿਹਰ ਦਾ ਹੱਥ ਰੱਖਿਆ ਹੈ। ਇਸ ਹਿਰਦੇ ਹਰ ਗੁਣ ਟਿਕੇ, ਉਹਦੇ ਹਿਰਦੇ ਵਿੱਚ ਆਪ ਜੀ ਦੇ ਸ਼ੁਭ ਗੁਣ ਟਿਕਦੇ ਨੇ, ਨਹੀਂ ਤਾਂ ਗੁਣ ਟਿਕਣੇ ਬੜੇ ਔਖੇ ਗੁਰਮੁਖੋ। ਔਗੁਣ ਤਾਂ ਅਸੀਂ ਝੱਟ ਹੀ ਗ੍ਰਹਿਣ ਕਰ ਲੈਂਦੇ ਹਾਂ, ਫਲਾਣਾ ਆਹ ਕੰਮ ਕਰਦਾ ਤਾਂ ਮੈਂ ਕਿਉਂ ਪਿੱਛੇ ਰਵਾਂ। ਸ਼ਰਾਬ ਪੀਣ ਵਾਲੇ ਵੱਲ ਵੇਖ ਕੇ ਝੱਟ ਹੀ ਸ਼ਰਾਬ ਪੀਣ ਦੀ ਆਦਤ ਪੈ ਜਾਂਦੀ ਹੈ,
ਪਰ ਕੋਈ ਬੰਦਾ ਅੰਮ੍ਰਿਤ ਵੇਲੇ ਉੱਠਦਾ ਪਿਆ ਉਹਦੇ ਵੱਲ ਵੇਖ ਕੇ ਅੰਮ੍ਰਿਤ ਵੇਲੇ ਦੀ ਆਦਤ ਨਹੀਂ ਪੈਂਦੀ। ਆਪਾਂ ਆਖਦੇ ਵੀ ਤੂੰ ਭਾਵੇਂ ਉੱਠ ਪਵੀ, ਖੜਕਾ ਨਾ ਕਰੀ, ਮੈਨੂੰ ਨਾ ਕਿਤੇ ਜਾਗ ਆਵੇ। ਸ਼ਰਾਬ ਪੀਣ ਵਾਲੇ ਨੂੰ ਨਹੀਂ ਆਖਿਆ ਵੀ ਤੂੰ ਪਰੇ ਜਾ ਕੇ ਪੀ, ਮੈਨੂੰ ਤੇਰੇ ਕੋਲੋਂ ਬਦਬੂ ਆਏਗੀ। ਨਹੀਂ, ਉਹ ਤੂੰ ਮੇਰੇ ਕੋਲ ਹੀ ਪੀ ਸਕਦਾ, ਮੇਰੀ ਵੀ ਵਿੱਚੇ ਹੀ ਪਾ, ਮੈਂ ਵੀ ਪੀਵਾਂਗਾ। ਔਗੁਣ ਬੜੀ ਛੇਤੀ ਆਉਂਦਾ ਹੈ, ਝੱਟ ਹੀ ਬੰਦਾ ਸਿੱਖ ਲੈਂਦਾ ਵੀ ਇਹ ਪੀਂਦਾ ਤਾਂ ਮੈਂ ਕਿਉਂ ਪਿੱਛੇ ਰਵਾਂ। ਹੁੱਕਾ ਪੀਣ ਵਾਲੇ ਦੇ ਕੋਲ ਹੁੱਕਾ ਪੀਣ ਦੀ ਆਦਤ ਪੈ ਜਾਂਦੀ ਹੈ ਵੀ ਇਹ ਜਿਵੇਂ ਪੀਂਦਾ। ਮੈਂ ਬੀੜੀ ਪੀਣ ਵਾਲਾ, ਸਿਗਰਟ ਪੀਣ ਵਾਲਾ, ਇੱਕ ਪੀਂਦਾ ਪਿਆ ਦੂਜੇ ਨੂੰ ਵੇਖ ਕੇ ਹੀ ਤਲਬ ਲੱਗ ਜਾਂਦੀ ਹੈ ਵੀ ਮੈਂ ਕਿਉਂ ਪਿੱਛੇ ਰਹਿ ਗਿਆ। ਜੁਆਰੀ ਜੂਆ ਖੇਡਦਾ ਹੈ ਅਤੇ ਦੂਜੇ ਦਾ ਮਨ ਵੀ ਕਰਦਾ ਪਿਆ ਵੀ ਮੈਂ ਵੀ ਕੋਈ ਨਾ ਕੋਈ ਦਾਜ ਚਲਾ ਹੀ ਦੇਵਾਂ ਅਤੇ ਮੇਰਾ ਵੀ ਵਿੱਚ ਹਿੱਸਾ ਪੈ ਜਾ। ਔਗੁਣ ਬੰਦਾ ਝੱਟ ਹੀ ਸਿੱਖ ਲੈਂਦਾ ਹੈ, ਪਰ ਜੇ ਕਿਤੇ ਗੱਲ ਆ ਜਾਵੇ ਨਾ ਗੁਣ ਦੀ, ਜੇ ਕੋਈ ਬੰਦਾ ਆਖੇ ਵੀ ਚੱਲ ਭਾਈ ਮੈਂ ਕੱਲ੍ਹ ਨੂੰ ਅੰਮ੍ਰਿਤ ਵੇਲੇ ਉੱਠਣਾ, ਕਹਿੰਦੇ ਤੂੰ ਉੱਠ ਪਈ ਪਰ ਆਵਾਜ਼ ਨਾ ਕਰੀ, ਮੇਰੀ ਨਹੀਂ ਜਾ ਖੁੱਲ੍ਹਣੀ ਚਾਹੀਦੀ। ਚੰਗੇ ਕੰਮ ਦੀ ਆਦਤ ਨਹੀਂ ਪੈਂਦੀ ਹੈ, ਮਾੜੇ ਦੀ ਬੜੀ ਛੇਤੀ ਪੈਂਦੀ ਹੈ। ਅਤੇ ਜੇ ਕੋਈ ਆਖੇ ਨਾ ਵੀ ਮੈਂ ਹੁਣ ਗੁਰਦੁਆਰੇ ਆਇਆ ਅਤੇ ਜਪਜੀ ਸਾਹਿਬ ਦਾ ਪਾਠ ਕਰ ਲਾਂ, ਚੱਲ ਫਿਰ ਤੂੰ ਪਾਠ ਕਰ ਲਾ ਅਤੇ ਮੈਂ ਫਿਰ ਚੱਲਦਾ ਹਾਂ, ਬਾਅਦ 'ਚ ਮਿਲਦੇ ਹਾਂ ਆਪਾਂ। ਉਹਨੇ ਇਹ ਨਹੀਂ ਕਿਹਾ ਵੀ ਚੱਲ ਮੈਂ ਤੇਰੇ ਨਾਲ ਬਹਿ ਜਾਂਦਾ, ਤੂੰ ਪੜ੍ਹੇਗਾ ਅਤੇ ਮੈਂ ਸੁਣ ਲਵਾਂਗਾ। ਨਹੀਂ, ਮੈਂ ਚੱਲਦਾ, ਮੈਨੂੰ ਬੜੇ ਕੰਮ ਜ਼ਰੂਰੀ ਯਾਦ ਆ ਗਏ, ਤੂੰ ਇਕੱਲਾ ਹੀ ਜਪ ਲਾ। ਚੰਗੇ ਕੰਮ ਦੀ ਆਦਤ ਨਹੀਂ ਪੈਂਦੀ ਹੈ, ਬੰਦਾ ਕੰਨੀ ਕਤਰਾਉਂਦਾ ਵੀ ਇੱਥੋਂ ਛੁਟਕਾਰਾ ਹੀ ਹੋਵੇ। ਅਤੇ ਮਾੜੇ ਕੰਮ ਵੇਲੇ ਜੇ ਕੋਈ ਬੰਦਾ ਬੋਤਲ ਖੋਲ੍ਹ ਲੈਂਦਾ ਨਾ, ਤਾਂ ਦੂਜਾ ਇਹ ਨਹੀਂ ਕਹਿੰਦਾ ਵੀ ਚੱਲ ਤੂੰ ਪੀ ਲਾ ਅਤੇ ਬਾਅਦ 'ਚ ਆਪਾਂ ਮਿਲਦੇ, ਕਹਿੰਦਾ ਨਹੀਂ ਮੇਰੀ ਵੀ ਨਾਲ ਹੀ ਬਰਾਬਰ 'ਤੇ ਹੀ ਭਰ ਗਲਾਸ। ਔਗਣ ਬੜੀ ਛੇਤੀ ਸਿੱਖਦਾ ਹੈ, ਗੁਣ ਨੂੰ ਕਿਨਾਰਾ ਕਰ ਜਾਂਦਾ। ਮਹਾਰਾਜ ਕਹਿਣ ਲੱਗੇ, ਮਹਾਰਾਜ ਜੀ ਹਿਰਦੇ ਹਰ ਗੁਣ ਟਿਕੇ, ਹਿਰਦੇ ਵਿੱਚ ਸੱਚੇ ਗੁਣ ਉਹਨਾਂ ਦੇ ਟਿਕਦੇ ਨੇ ਜਿਨ੍ਹਾਂ ਦਾ ਹੱਥ, ਜਿਨ੍ਹਾਂ ਦੇ ਸਿਰ 'ਤੇ ਤੁਹਾਡਾ ਹੱਥ ਹੈ, ਉਹੀ ਤੁਹਾਡੇ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਹਨ। ਹਰ ਗੁਣ ਹਿਰਦੇ ਟਿਕੇ, ਜਿਸ ਅੰਤਰ ਭਉ ਭਾਵਨੀ ਹੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹਰੀ ਗੁਣ ਹਿਰਦੇ ਟਿਕੇ ਤਿਸਕੈ, ਉਹਨਾਂ ਗੁਰਮੁਖਾਂ ਦੇ ਅੰਦਰ ਸ਼ੁਭ ਗੁਣ ਟਿਕਦੇ ਨੇ ਮਹਾਰਾਜ, ਜਿਨ੍ਹਾਂ ਦੇ ਉੱਤੇ ਆਪ ਕਿਹੜੀ ਕਿਰਪਾ ਕਰਦੇ ਹੋ। ਭਉ ਭਾਵਨੀ ਹੋਈ, ਜਿਸ ਅੰਤਰ ਭਉ ਭਾਵਨੀ ਹੋਈ, ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਹੈ, ਸ਼ੁਭ ਗੁਣ ਵੀ ਉਹਨਾਂ ਦੇ ਅੰਦਰ ਹੀ ਟਿਕਦੇ। ਜਿਸ ਦੇ ਅੰਦਰ ਪ੍ਰੇਮਾ ਭਗਤੀ ਪੈਦਾ ਹੋ ਗਈ ਨਾ, ਉਹਨਾਂ ਗੁਰਮੁਖਾਂ ਦੇ ਅੰਦਰ ਹੀ ਸ਼ੁਭ ਗੁਣ ਟਿਕਦੇ ਨੇ। ਪ੍ਰੇਮਾ ਭਗਤੀ ਤੋਂ ਬਿਨਾਂ ਗੁਣ ਪ੍ਰਾਪਤ ਨਹੀਂ ਹੁੰਦੇ ਹਨ। ਪ੍ਰੇਮ ਪਾਇਆ ਗੁਰਮੁਖੋ, ਭੈ ਬਿਨਾਂ, ਡਰ ਬਿਨਾਂ ਕਦੇ ਪ੍ਰੇਮ ਵੀ ਨਹੀਂ ਜੇ ਪੈਦਾ ਹੁੰਦਾ। ਜੇ ਗੁਰੂ ਦੇ ਕੋਲ ਆ ਕੇ ਗੁਰੂ ਦਾ ਡਰ ਹੀ ਨਾ ਰੱਖੀਏ ਤਾਂ ਫਿਰ ਪ੍ਰੇਮ ਵੀ ਪੈਦਾ ਨਹੀਂ ਹੋਵੇਗਾ। ਗੁਰੂ ਦਾ ਡਰ ਰੱਖੇਗਾ ਤਾਂ ਪ੍ਰੇਮ ਤਾਂ ਪੈਦਾ ਹੋਣਾ ਹੈ। ਅਤੇ ਗੁਰੂ ਦਾ ਡਰ ਰੱਖਣ ਵਾਸਤੇ ਸਾਨੂੰ ਪਹਿਲਾਂ ਇਹ ਵੇਖਣਾ ਪੈਣਾ ਵੀ ਜਿਹੜੇ ਕੱਪੜੇ ਮੈਂ ਗੁਰਦੁਆਰੇ ਪਾ ਕੇ ਆਇਆ ਗੁਰੂ ਦੇ ਕੋਲ, ਕਿ ਇਹ ਠੀਕ ਨੇ। ਮਹਾਰਾਜ ਇਹ ਨਹੀਂ ਕਹਿੰਦੇ ਵੀ ਨਵੇਂ ਕੱਪੜੇ ਪਾ ਗਿਆ, ਪਰ ਕੱਪੜੇ ਭਾਵੇਂ ਪੁਰਾਣੇ ਸਾਫ਼ ਅਤੇ ਤੇਰਾ ਤਨ ਢੱਕਿਆ ਹੋਵੇ। ਅਤੇ ਗੁਰਮੁਖੋ, ਅੱਜ ਕੱਲ੍ਹ ਦਾ ਤਾਂ ਬਾਣਾ ਲਿਬਾਸ ਹੀ ਇਹੋ ਜਿਹਾ ਬਣ ਗਿਆ ਵੀ ਅੱਧਿਓਂ ਵੱਧ ਸਰੀਰ ਨੰਗਾ ਹੁੰਦਾ ਅਤੇ ਜਿਹੜਾ ਮਾੜਾ ਮੋਟਾ ਬਚਿਆ ਉਹ ਅਸੀਂ ਆਪ ਵਿਖਾਉਂਦੇ ਹਾਂ ਵੀ ਆਹ ਵੇਖੋ, ਨੰਗੇ ਹੋ ਕੇ ਗੁਰੂ ਕੋਲ ਆ ਜਾਈਦਾ। ਜੇ ਗੁਰੂ ਦਾ ਡਰ ਹੀ ਨਹੀਂ ਤਾਂ ਤੇਰੇ ਅੰਦਰ ਭਾਵਨਾ ਵੀ ਪੈਦਾ ਨਹੀਂ ਹੋਣੀ ਹੈ, ਭਾਵਨਾ ਪੈਦਾ ਨਹੀਂ ਹੋਵੇਗੀ, ਪ੍ਰੇਮ ਨਹੀਂ ਪੈਦਾ ਹੋਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਿਨ ਭੈ, ਬਿਨਾਂ ਡਰ ਗੁਰੂ ਦਾ ਰੱਖੇ ਤੋਂ ਕਿਨੇ ਨਾ ਪ੍ਰੇਮ ਪਾਇਆ, ਕਿਸੇ ਨੂੰ ਵੀ ਪ੍ਰੇਮ ਪੈਦਾ ਨਹੀਂ ਹੁੰਦਾ ਹੈ। ਬਿਨ ਭੈ ਪਾਰ ਨਾ ਉਤਰਿਆ
ਰੱਖਿਆ ਕੋਈ, ਤੇ ਜਿੰਨਾ ਚਿਰ ਗੁਰੂ ਦਾ ਭੈ ਨਹੀਂ ਨਾ ਰੱਖਦੇ ਉਹਨਾਂ ਚਿਰ ਸੰਸਾਰ ਤੋਂ ਵੀ ਨਹੀਂ ਜੇ ਪਾਰ ਹੋਇਆ ਜਾਣਾ। ਜਿੰਨਾ ਚਿਰ ਗੁਰੂ ਦਾ, ਕੁਝ ਲੋਕ ਆਖਦੇ ਲੈ ਗੁਰੂ ਤੇ ਮਾਤਾ ਪਿਤਾ, ਗੁਰੂ ਤੋਂ ਕਾਹਦਾ ਡਰਨਾ, ਤੇ ਜਿਹੜੇ ਬੱਚੇ ਮਾਤਾ ਪਿਤਾ ਦਾ ਡਰ ਨਹੀਂ ਰੱਖਦੇ ਤੇ ਬੇੜਾ ਉਹਨਾਂ ਦਾ ਵੀ ਨਹੀਂ ਜੇ ਪਾਰ ਹੁੰਦਾ। ਜਿਹੜੇ ਮਨਮਰਜ਼ੀਆਂ ਕਰਦੇ ਨਾ, ਬਾਪੂ ਮੇਰਾ ਕੀ ਵਿਗਾੜੇਗਾ ਤੇ ਮਾਂ ਮੇਰਾ ਕੀ ਕਰ ਸਕਦੀ, ਮੈਂ ਤੇ ਮਰਜ਼ੀ ਕਰਦਾ, ਤੇ ਉਹ ਬੱਚੇ ਵੇਖ ਲਿਓ ਸੰਸਾਰ ਤੇ ਕਾਮਯਾਬ ਨਹੀਂ ਹੁੰਦੇ, ਉਹ ਵੀ ਰੁਲ ਜਾਂਦੇ, ਮਾੜੀ ਸੰਗਤ ਵਿੱਚ ਹੀ ਪੈ ਗਏ, ਡਰ ਹੀ ਖਤਮ ਹੋ ਗਿਆ। ਸੰਸਾਰੀ ਤੌਰ 'ਤੇ ਮਾਤਾ ਪਿਤਾ ਦਾ ਡਰ ਲੈ ਜਾਵੇ ਜ਼ਿੰਦਗੀ ਖਰਾਬ ਹੋ ਜਾਂਦੀ ਹੈ, ਅਤੇ ਸਤਿਗੁਰੂ ਵੀ ਸਾਡੇ ਮਾਤਾ ਪਿਤਾ ਨੇ, ਜੇ ਇਹਨਾਂ ਦਾ ਵੀ ਡਰ ਖਤਮ ਹੋ ਗਿਆ ਤਾਂ ਸਾਡਾ ਜੀਵਨ ਵੀ ਖਰਾਬ ਹੋ ਜਾਣਾ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਬਿਨ ਭੈ, ਗੁਰੂ ਸਾਡਾ ਮਾਤਾ ਪਿਤਾ ਹੈ, ਬੱਚੇ ਨੂੰ ਮਾਂ ਪਿਓ ਦਾ ਡਰ ਰੱਖਣਾ ਪਵੇਗਾ, ਸਿੱਖ ਨੂੰ ਗੁਰੂ ਦਾ ਡਰ ਰੱਖਣਾ ਪਵੇਗਾ, ਬੇੜਾ ਤਾਂ ਪਾਰ ਹੋਣਾ ਨਹੀਂ ਤਾਂ ਨਹੀਂ ਹੋਣਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰੂ ਦਾ ਡਰ ਧਾਰਨ ਕੀਤੇ ਬਿਨਾਂ ਕਦੇ ਵੀ ਪਾਰ ਨਹੀਂ ਹੁੰਦਾ ਹੈ। ਭਾਉ ਭਾਉ ਪ੍ਰੀਤ ਨਾਨਕ ਦਿਸ਼ਾ ਲਾਗੇ। ਮਹਾਰਾਜ ਇਹ ਕਿਹਨਾਂ ਨੂੰ ਦਾਤਾਂ ਮਿਲਦੀਆਂ? ਸਤਿਗੁਰੂ ਕਹਿੰਦੇ ਭਾਉ ਡਰ, ਗੁਰੂ ਦਾ ਡਰ ਵੀ ਉਹਨਾਂ ਨੂੰ ਹੀ ਮਿਲਿਆ, ਭਾਉ ਕਹੀਏ ਪ੍ਰੇਮ, ਪ੍ਰੇਮ ਵੀ ਉਹਨਾਂ ਨੂੰ ਹੀ ਮਿਲਿਆ, ਤੇ ਪ੍ਰੀਤ ਕਹੀਏ ਪ੍ਰੀਤੀ, ਪ੍ਰੀਤੀ ਵੀ ਉਹਨਾਂ ਨੂੰ ਮਿਲੀ ਹੈ। ਜਿਸ ਤੋਂ ਆਪਣੀ ਕਿਰਪਾ ਕਰੇ, ਜਿਨ੍ਹਾਂ ਦੇ ਉੱਪਰ ਸਤਿਗੁਰੂ ਤੁਸੀਂ ਕਿਰਪਾ ਕਰਦੇ ਹੋ, ਡਰਦਾ ਵੀ ਤੁਹਾਡੇ ਕੋਲ ਉਹੀ ਹੈ, ਕਿਰਪਾ ਵਾਲਾ ਹੀ ਡਰੇਗਾ, ਨਹੀਂ ਇਹ ਮੇਰੇ ਗੁਰੂ ਦਾ ਡਰ ਹੈ, ਇੱਥੇ ਮੈਂ ਗੁਨਾਹ ਨਹੀਂ ਕਰਨਾ, ਤੁਹਾਡੀ ਕਿਰਪਾ ਜਿਨ੍ਹਾਂ ਦੀ ਹੋਈ ਹੈ ਡਰਦੇ ਉਹ, ਪ੍ਰੇਮ ਵੀ ਉਹਨਾਂ ਦੇ ਮਨ ਵਿੱਚ ਅਤੇ ਪ੍ਰੇਮ ਪ੍ਰੀਤੀ ਵੀ ਉਹਨਾਂ ਦੇ ਮਨ ਵਿੱਚ ਹੈ। ਭਗਤ ਭੰਡਾਰ ਅਸੰਖ, ਮਹਾਰਾਜ ਅਸੰਖ ਕਹੀਏ ਬੇਗਿਣਤ ਆਪ ਜੀ ਦੀ ਭਗਤੀ ਦੇ ਭੰਡਾਰੇ ਭਰੇ ਹੋਏ ਹਨ। ਜਿਸ ਤੋਂ ਦੇਵੇ ਮੇਰੇ ਸਵਾਮੀ ਤਿਸ ਮਿਲਾ, ਜਿਹਨੂੰ ਆਪ ਇਹ ਭਗਤੀ ਦਿੰਦੇ ਹੋ ਤੇ ਮਹਾਰਾਜ ਮਿਲਦੀ ਵੀ ਉਹਨਾਂ ਨੂੰ ਹੀ, ਉਹਨਾਂ ਗੁਰਮੁਖਾਂ ਨੇ ਇਸ ਭਗਤੀ ਨੂੰ ਪ੍ਰਾਪਤ ਕੀਤਾ ਹੈ, ਐਸੇ ਗੁਰਮੁਖਾਂ ਨੇ ਆਪ ਜੀ ਦੇ ਨਾਮ ਨੂੰ ਪਾਇਆ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਸਾਹਿਬ ਸਿਓ ਮੇਲੋ। ਭਾਉ ਭਾਉ ਪ੍ਰੀਤ ਨਾਨਕ ਦਿਸ਼ਾ ਲਾਗਾ, ਜਿਸ ਤੂੰ ਆਪਣੀ ਕਿਰਪਾ ਕਰੇ, ਤੇਰੀ ਭਗਤ ਭੰਡਾਰ ਅਸੰਖ, ਜਿਸ ਤੂੰ ਦੇਵੇ ਮੇਰੇ ਸਵਾਮੀ ਤਿਸ ਮਿਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।